ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜੋ ਇਨਸਾਨ ਨੂੰ ਬਦਨਾਮ ਕਰਕੇ ਰੱਖ ਦਿੰਦੀਆਂ ਨੇ ਤੇ ਸਮਾਜ ਵੀ ਹੈਰਾਨ ਹੋ ਕੇ ਰਹਿ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਦੀ ਘਟਨਾ ਪਠਾਨਕੋਟ ਦੇ ਇੱਕ ਪਿੰਡ ਵਿੱਚ ਵਾਪਰੀ। ਅਸਲ ਵਿੱਚ ਹਰਪ੍ਰੀਤ ਨਾਮ ਦੀ ਲੜਕੀ ਦਾ ਵਿਆਹ ਹੋਣ ਵਾਲਾ ਹੀ ਸੀ, ਪਰ ਵਿਆਹ ਤੋਂ ਪਹਿਲਾਂ ਉਸ ਲੜਕੀ ਦੀ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਚੱਲ ਰਹੀ ਸੀ। ਲੜਕੀ ਦਾ ਤਾਂ ਕੁਝ ਕਹਿ ਨਹੀਂ ਸਕਦੇ, ਪਰ ਲੜਕੇ ਦਾ ਉਸ ਨਾਲ ਦਿਲੋਂ ਪਿਆਰ ਸੀ। ਉਹ ਲੜਕਾ ਹਰਪ੍ਰੀਤ ਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ, ਪਰ ਲੜਕੀ ਹਰ ਸਮੇਂ ਉਸ ਦੀ ਗੱਲ ਨੂੰ ਟਾਲ ਦਿੰਦੀ ਸੀ ਤੇ ਹਮੇਸ਼ਾ ਇਹ ਜਵਾਬ ਦਿੰਦੀ ਸੀ ਕਿ ਮੈਂ ਆਪਣੇ ਘਰਦਿਆਂ ਦੇ ਖਿਲਾਫ ਨਹੀਂ ਜਾਣਾ ਤੇ ਉਹਨਾਂ ਦੀ ਮਰਜ਼ੀ ਦੇ ਨਾਲ ਹੀ ਵਿਆਹ ਕਰਵਾਵਾਂਗੀ। ਪਰ ਨਾਲ ਹੀ ਉਹ ਲੜਕੀ ਉਸ ਨੂੰ ਛੱਡਦੀ ਵੀ ਨਹੀਂ ਸੀ। ਤਕਰੀਬਨ 3-4 ਸਾਲ ਤੋਂ ਉਹ ਰਿਲੇਸ਼ਨ ਦੇ ਵਿੱਚ ਸਨ ਤੇ ਇਸੇ ਤਰ੍ਹਾਂ ਹੀ ਲਗਾਤਾਰ ਇਹ ਰਿਲੇਸ਼ਨ ਚੱਲਦਾ ਆ ਰਿਹਾ ਸੀ। ਜਦੋਂ ਉਸ ਦੀ ਪੜ੍ਹਾਈ ਖਤਮ ਹੋਣ ਵਾਲੀ ਹੀ ਸੀ ਤਾਂ ਉਸ ਦੇ ਘਰਦਿਆਂ ਨੇ ਹਰਪ੍ਰੀਤ ਦਾ ਵਿਆਹ ਕਿਤੇ ਹੋਰ ਕਰਨਾ ਚਾਹਿਆ। ਲੜਕੇ ਨੇ ਹਰਪ੍ਰੀਤ ਨੂੰ ਕਿਹਾ ਕਿ ਤੂੰ ਹੁਣ ਆਪਣੇ ਘਰਦਿਆਂ ਨੂੰ ਆਪਣੇ ਬਾਰੇ ਦੱਸ ਦੇ ਕਿ ਆਪਾਂ ਦੋਵੇਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤੇ ਵਿਆਹ ਕਰਵਾਉਣਾ ਚਾਹੁੰਦੇ ਹਾਂ। ਪਰ ਹਰਪ੍ਰੀਤ ਨੇ ਫਿਰ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਮੇਰੇ ਘਰ ਦੇ ਇਸ ਚੀਜ਼ ਨੂੰ ਅਲਾਓ ਨਹੀਂ ਕਰਦੇ ਤੇ ਮੈਂ ਆਪਣੇ ਘਰਦਿਆਂ ਦੇ ਖਿਲਾਫ਼ ਨਹੀਂ ਜਾ ਸਕਦੀ। ਉਸ ਤੋਂ ਬਾਅਦ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਤੇ ਵਿਆਹ ਵਾਲੇ ਦਿਨ ਤਾਂ ਇੱਕ ਅਜਿਹੀ ਘਟਨਾ ਵਾਪਰੀ ਜਿਸ ਦਾ ਉਸ ਲੜਕੀ ਨੂੰ ਅੰਦਾਜ਼ਾ ਵੀ ਨਹੀਂ ਸੀ। ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਹਰਪ੍ਰੀਤ ਨੇ ਉਸ ਲੜਕੇ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ, ਜਿਸ ਕਰਕੇ ਲੜਕਾ ਬਹੁਤ ਦੁਖੀ ਹੋਇਆ ਸੀ ਤੇ ਉਸ ਨੂੰ ਹਰਪ੍ਰੀਤ ਤੇ ਬਹੁਤ ਜ਼ਿਆਦਾ ਗੁੱਸਾ ਵੀ ਆ ਰਿਹਾ ਸੀ। ਉਹ ਲੜਕਾ ਮਨ ਦੇ ਵਿੱਚ ਗੁੱਸਾ ਲੈ ਕੇ ਘੁੰਮ ਰਿਹਾ ਸੀ ਤੇ ਕਿਸੇ ਮੌਕੇ ਦੀ ਤਾਕ ਵਿੱਚ ਸੀ। ਆਖਰ ਵਿਆਹ ਵਾਲਾ ਦਿਨ ਆ ਗਿਆ। ਸ਼ਗਨ ਵਿਹਾਰ ਤੋਂ ਬਾਅਦ ਲਾੜਾ ਲਾੜੀ ਚਾਹ ਪੀ ਰਹੇ ਸੀ ਤੇ ਸਟੇਜ ਤੇ ਸੱਭਿਆਚਾਰ ਵਾਲੇ ਨੱਚਣ ਲੱਗੇ ਹੋਏ ਸਨ। ਇੱਕਦਮ ਉਹ ਲੜਕਾ ਵਿਆਹ ਦੇ ਵਿੱਚ ਆਇਆ ਤੇ ਸਟੇਜ ਤੇ ਚੜ ਗਿਆ। ਉਸਨੇ ਐਂਕਰ ਦੇ ਕੋਲੋਂ ਮਾਈਕ ਖੋਹ ਕੇ ਸਿੱਧਾ ਹੀ ਬੋਲਣਾ ਸ਼ੁਰੂ ਕਰ ਦਿੱਤਾ। ਉਸਨੇ ਆਪਣੇ ਨਾਲ ਬੀਤੀ ਸਾਰੀ ਕਹਾਣੀ ਸਟੇਜ ਤੇ ਖੜ ਕੇ ਸਾਰਿਆਂ ਨੂੰ ਦੱਸ ਦਿੱਤੀ। ਉਸਨੇ ਦੱਸਿਆ ਕਿ ਵਿਆਹ ਵਾਲੀ ਲਾੜੀ ਹਰਪ੍ਰੀਤ ਨਾਲ ਮੇਰੀ 3-4 ਸਾਲ ਤੋਂ ਗੱਲਬਾਤ ਸੀ ਤੇ ਹੁਣ ਇਹ ਮੈਨੂੰ ਛੱਡ ਕੇ ਕਿਸੇ ਹੋਰ ਨਾਲ ਵਿਆਹ ਕਰਵਾ ਰਹੀ ਹੈ। ਮੈਂ ਅੱਜ ਵੀ ਇਸ ਨੂੰ ਪਿਆਰ ਕਰਦਾ ਹਾਂ ਤੇ ਵਿਆਹ ਕਰਵਾਉਣ ਨੂੰ ਤਿਆਰ ਹਾਂ। ਅਜਿਹੀਆਂ ਗੱਲਾਂ ਸੁਣ ਕੇ ਵਿਆਹ ਵਿੱਚ ਆਏ ਸਾਰੇ ਹੀ ਰਿਸ਼ਤੇਦਾਰ ਬਹੁਤ ਹੈਰਾਨ ਹੋਏ। ਹੁਣ ਕੁੜੀ ਵਾਲਿਆਂ ਦੇ ਸਾਹਮਣੇ ਉਹਨਾਂ ਦੀ ਕੁੜੀ ਨੂੰ ਕੋਈ ਬਦਨਾਮ ਕਰੇ ਤੇ ਇੱਦਾਂ ਦੀਆਂ ਗਲਤ ਚੀਜ਼ਾਂ ਬੋਲੇ, ਇਹ ਕੋਈ ਕਿਵੇਂ ਬਰਦਾਸ਼ਤ ਕਰ ਸਕਦਾ ਹੈ? ਸੋ ਕੁੜੀ ਵਾਲਿਆਂ ਨੇ ਉਸਨੂੰ ਸਟੇਜ ਤੋਂ ਲਾ ਲਿਆ ਤੇ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਤੇ ਕੱਪੜੇ ਤੱਕ ਪਾੜ ਦਿੱਤੇ। ਕੁਝ ਸਿਆਣੇ ਬੰਦੇ ਜੇਕਰ ਆ ਕੇ ਨਾ ਛਡਾਉਂਦੇ ਤਾਂ ਹੋ ਸਕਦਾ ਸੀ ਕਿ ਉਸਨੂੰ ਕੁੱਟ ਕੁੱਟ ਕੇ ਹੀ ਮਾਰ ਦਿੰਦੇ। ਕੋਈ ਆਪਣੀ ਧੀ ਬਾਰੇ ਇਸ ਤਰ੍ਹਾਂ ਦੀਆਂ ਗੱਲਾਂ ਕਿਵੇਂ ਬਰਦਾਸ਼ਤ ਕਰ ਸਕਦਾ ਸੀ? ਖੈਰ, ਕੁੜੀ ਵਾਲਿਆਂ ਨੇ ਉਸ ਮੁੰਡੇ ਨੂੰ ਤਾਂ ਕੁੱਟ ਕੁੱਟ ਕੇ ਚੁੱਪ ਕਰਵਾ ਦਿੱਤਾ, ਪਰ ਮੁੰਡੇ ਵਾਲਿਆਂ ਦੇ ਮਨ ਵਿੱਚ ਸ਼ੱਕ ਪੈਦਾ ਹੋ ਗਿਆ। ਉਹਨਾਂ ਨੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਕਿ ਇਹ ਲੜਕਾ ਕੀ ਕਹਿ ਰਿਹਾ ਸੀ। ਕੁੜੀ ਵਾਲਿਆਂ ਨੇ ਸਫਾਈ ਦਿੰਦੇ ਕਿਹਾ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈ, ਇਹ ਲੜਕਾ ਝੂਠ ਬੋਲ ਰਿਹਾ ਹੈ ਤੇ ਸਾਡੀ ਲੜਕੀ ਨੂੰ ਬਦਨਾਮ ਕਰ ਰਿਹਾ ਹੈ। ਜਦੋਂ ਲੜਕੀ ਨੂੰ ਉਸ ਬਾਰੇ ਪੁੱਛਿਆ ਗਿਆ ਤਾਂ ਉਸਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਤਾਂ ਇਸ ਨੂੰ ਜਾਣਦੀ ਤੱਕ ਨਹੀਂ ਹਾਂ। ਪਰ ਲੜਕੀ ਨੇ ਕਿਹਾ ਕਿ ਮੈਂ ਉਨ੍ਹਾਂ ਚਿਰ ਇੱਥੋਂ ਨਹੀਂ ਜਾਣਾ ਜਿੰਨਾ ਟਾਈਮ ਤੁਸੀਂ ਆਹਮਣੇ ਸਾਹਮਣੇ ਸਾਡੀ ਗੱਲਬਾਤ ਨਹੀਂ ਕਰਵਾਉਂਦੇ, ਮੈਂ ਉਸਦੇ ਮੂੰਹੋਂ ਸੁਣਨਾ ਚਾਹੁੰਦਾ ਹਾਂ। ਜਦੋਂ ਉਹਨਾਂ ਨੂੰ ਆਹਮਣੇ ਸਾਹਮਣੇ ਕੀਤਾ ਗਿਆ ਤਾਂ ਲੜਕੇ ਨੇ ਪੁੱਛਿਆ ਕਿ ਮੈਂ ਤੈਨੂੰ ਆਖਰੀ ਵਾਰ ਪੁੱਛ ਰਿਹਾ ਹਾਂ ਕਿ ਤੂੰ ਮੇਰੇ ਨਾਲ ਵਿਆਹ ਕਰਵਾਏਂਗੀ ਜਾਂ ਨਹੀਂ, ਤਾਂ ਲੜਕੀ ਫਿਰ ਤੋਂ ਮੁੱਕਰ ਗਈ ਅਤੇ ਕਿਹਾ ਕਿ ਮੈਂ ਤਾਂ ਇਸ ਨੂੰ ਜਾਣਦੀ ਤੱਕ ਨਹੀਂ, ਮੈਨੂੰ ਤਾਂ ਇਹ ਕੋਈ ਪਾਗਲ ਲੱਗ ਰਿਹਾ ਹੈ। ਇੰਨਾ ਸੁਣ ਕੇ ਉਹ ਮੁੰਡਾ ਬਹੁਤ ਨਿਰਾਸ਼ ਹੋਇਆ ਤੇ ਫਿਰ ਚੁੱਪ ਕਰ ਗਿਆ, ਜਿਸ ਤੋਂ ਬਾਅਦ ਹਰਪ੍ਰੀਤ ਦੇ ਭਰਾ ਉਸ ਨੂੰ ਫਿਰ ਤੋਂ ਕੁੱਟਣ ਲੱਗ ਪਏ। ਪਰ ਕਿਸੇ ਤਰ੍ਹਾਂ ਫਿਰ ਤੋਂ ਉਸ ਨੂੰ ਛਡਵਾਇਆ ਗਿਆ ਤੇ ਬਾਅਦ ਵਿੱਚ ਪੁਲਿਸ ਬੁਲਾ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੇ ਆ ਕੇ ਜਦੋਂ ਉਸ ਤੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਤਾਂ ਉਹ ਪਾਗਲਾਂ ਵਾਲੀਆਂ ਹਰਕਤਾਂ ਕਰਨ ਲੱਗ ਪਿਆ ਤੇ ਪੁਲਿਸ ਨੂੰ ਵੀ ਊਲ ਜਲੂਲ ਸਵਾਲ ਪੁੱਛਣ ਲੱਗ ਪਿਆ, ਜਿਸ ਤੋਂ ਬਾਅਦ ਪੁਲਿਸ ਵਾਲੇ ਉਸ ਨੂੰ ਫੜ ਕੇ ਪੈਲਸ ਤੋਂ ਬਾਹਰ ਲੈ ਗਏ ਅਤੇ ਗੱਡੀ ਵਿੱਚ ਬਿਠਾ ਲਿਆ। ਪਰ ਫਿਰ ਇੱਕ ਪੁਲਿਸ ਵਾਲਾ ਦੁਬਾਰਾ ਵਿਆਹ ਦੇ ਵਿੱਚ ਅੰਦਰ ਆਇਆ ਤੇ ਉਸਨੇ ਕਿਹਾ ਕਿ ਇਹ ਲੜਕਾ ਤਾਂ ਸੱਚਮੁੱਚ ਹੀ
ਪਾਗਲ ਹੈ ਤੇ ਪਾਗਲਾਂ ਵਾਲੀਆਂ ਹਰਕਤਾਂ ਕਰ ਰਿਹਾ ਹੈ, ਤੁਸੀਂ ਇਸ ਦੀ ਗੱਲ ਨੂੰ ਮਾਇੰਡ ਨਾ ਕਰਨਾ। ਪੁਲਿਸ ਵਾਲੇ ਨੇ ਮੁੰਡੇ ਵਾਲਿਆਂ ਤੇ ਕੁੜੀ ਵਾਲਿਆਂ ਦੋਨਾਂ ਨੂੰ ਕਿਹਾ ਕਿ ਇਹ ਲੜਕਾ ਪਹਿਲਾਂ ਵੀ ਵਿਆਹਾਂ ਦੇ ਵਿੱਚ ਵੜ ਜਾਂਦਾ ਸੀ ਤੇ ਇਸੇ ਤਰ੍ਹਾਂ ਦੀਆਂ ਹਰਕਤਾਂ ਕਰਦਾ ਸੀ, ਇਸ ਕਰਕੇ ਤੁਸੀਂ ਇਸ ਦੀਆਂ ਗੱਲਾਂ ਨੂੰ ਦਿਲ ਤੇ ਨਾ ਲਾਉਣਾ, ਅਸੀਂ ਇਸ ਨੂੰ ਫੜ ਕੇ ਪੁਲਿਸ ਸਟੇਸ਼ਨ ਲੈ ਕੇ ਜਾ ਰਹੇ ਹਾਂ। ਜਿਸ ਤੋਂ ਬਾਅਦ ਪੁਲਿਸ ਉਸ ਨੂੰ ਲੈ ਕੇ ਉੱਥੋਂ ਚਲੀ ਗਈ ਤੇ ਵਿਆਹ ਦੀਆਂ ਅਗਲੀਆਂ ਰਸਮਾਂ ਸ਼ੁਰੂ ਹੋਈਆਂ, ਪਰ ਮੁੰਡੇ ਵਾਲੇ ਅਜੇ ਵੀ ਨਹੀਂ ਮੰਨ ਰਹੇ ਸੀ। ਫਿਰ ਕੁੜੀ ਵਾਲਿਆਂ ਨੇ ਮਿੰਨਤਾਂ ਤਰਲੇ ਕਰਕੇ ਅਤੇ ਸਿਆਣੇ ਬੰਦਿਆਂ ਨੂੰ ਵਿੱਚ ਪਾ ਕੇ ਮੁੰਡੇ ਵਾਲਿਆਂ ਨੂੰ ਮਨਾਇਆ, ਜਿਸ ਕਰਕੇ ਡੋਲੀ ਵੀ ਰਾਤ ਨੂੰ 9:30 ਤੁਰੀ ਸੀ। ਉਧਰ ਉਸ ਮੁੰਡੇ ਨੂੰ ਅਗਲੇ ਦਿਨ ਪੁਲਿਸ ਵੱਲੋਂ ਛੱਡ ਦਿੱਤਾ ਗਿਆ ਤਾਂ ਉਹ ਬਿਲਕੁਲ ਨਾਰਮਲ ਮੁੰਡਿਆਂ ਵਾਂਗੂ ਬਿਹੇਵ ਕਰ ਰਿਹਾ ਸੀ। ਇੱਕ ਸਿਪਾਹੀ ਪੁਲਿਸ ਵਾਲੇ ਨੇ ਉਸ ਨੂੰ ਪੁੱਛਿਆ ਕਿ ਕੱਲ ਤੈਨੂੰ ਕੀ ਹੋਇਆ ਸੀ ਤੇ ਅੱਜ ਇੰਨਾ ਫਰਕ ਕਿਉਂ ਹੈ। ਉਸ ਨੇ ਦੱਸਿਆ ਕਿ ਮੈਂ ਇੱਕ ਪੜ੍ਹਿਆ ਲਿਖਿਆ ਮੁੰਡਾ ਹਾਂ ਤੇ ਬਿਲਕੁਲ ਠੀਕ ਠਾਕ ਹਾਂ ਤੇ ਕੱਲ ਜੋ ਸਟੇਜ ਤੇ ਮੈਂ ਗੱਲਾਂ ਕਹੀਆਂ ਸੀ ਉਹ ਵੀ ਸਾਰੀਆਂ ਸੱਚੀਆਂ ਸੀ, ਪਰ ਜਦੋਂ ਮੈਂ ਦੇਖਿਆ ਕਿ ਇੰਨਾ ਕੁਝ ਹੋਣ ਤੋਂ ਬਾਅਦ ਉਸ ਲੜਕੀ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਤਾਂ ਇੱਕ ਵਾਰ ਤਾਂ ਮਨ ਵਿੱਚ ਆਇਆ ਸੀ ਕਿ ਸਾਰੇ ਸਬੂਤ ਜੋ ਮੈਂ ਨਾਲ ਲੈ ਕੇ ਗਿਆ ਸੀ ਸਾਡੇ ਰਿਲੇਸ਼ਨ ਦੇ ਉਹ ਸਾਰਿਆਂ ਦੇ ਸਾਹਮਣੇ ਦਿਖਾ ਦੇਵਾਂ, ਪਰ ਫਿਰ ਮਨ ਵਿੱਚ ਆਇਆ ਕਿ ਫਿਰ ਉਸ ਕੁੜੀ ਦੀ ਕੀ ਇੱਜ਼ਤ ਰਹੇਗੀ ਜਿਸ ਨੂੰ ਮੈਂ ਪਿਆਰ ਕਰਦਾ ਹਾਂ। ਹੁਣ ਤਾਂ ਉਹ ਸਿਰਫ ਇਨਕਾਰ ਹੀ ਕਰ ਰਹੀ ਹੈ, ਪਰ ਇਸ ਹਰਕਤ ਤੋਂ ਬਾਅਦ ਤਾਂ ਉਹ ਮੈਨੂੰ ਨਫ਼ਰਤ ਕਰਨ ਲੱਗ ਜਾਵੇਗੀ, ਨਾਲੇ ਉਸਦਾ ਵਿਆਹ ਟੁੱਟਣ ਤੋਂ ਬਾਅਦ ਤਾਂ ਉਸਨੇ ਮੈਨੂੰ ਕਦੇ ਵੀ ਨਹੀਂ ਐਕਸੈਪਟ ਕਰਨਾ ਤੇ ਉਸਦੇ ਘਰ ਦੇ ਵੀ ਮੈਨੂੰ ਨਫ਼ਰਤ ਕਰਨਗੇ ਕਿ ਮੈਂ ਉਸਦੀ ਬਦਨਾਮੀ ਕਰਵਾ ਦਿੱਤੀ। ਮੈਂ ਘਰ ਤੋਂ ਸੋਚ ਕੇ ਹੀ ਗਿਆ ਸੀ ਕਿ ਸਾਰਿਆਂ ਦੇ ਸਾਹਮਣੇ ਸਾਡੇ ਰਿਲੇਸ਼ਨ ਦੇ ਸਾਰੇ ਪ੍ਰੂਫ ਦਿਖਾ ਦੇਵਾਂਗਾ, ਪਰ ਜਦ ਉਸਨੇ ਆਖਰੀ ਫੈਸਲਾ ਹੀ ਸੁਣਾ ਦਿੱਤਾ ਤਾਂ ਮੈਨੂੰ ਸਬੂਤ ਦਿਖਾ ਕੇ ਵੀ ਕੀ ਮਿਲਦਾ। ਮੈਂ ਇੱਕ ਕੋਸ਼ਿਸ਼ ਕੀਤੀ ਸੀ ਕਿ ਸ਼ਾਇਦ ਇਸ ਡਰ ਦੀ ਵਜ੍ਹਾ ਕਰਕੇ ਉਹ ਮੈਨੂੰ ਐਕਸੈਪਟ ਕਰ ਲਵੇ, ਪਰ ਮੈਂ ਗਲਤ ਸੀ ਤੇ ਜਦੋਂ ਉਸਨੇ ਆਖਰੀ ਵਾਰ ਮੈਨੂੰ ਨਾ ਕਰ ਦਿੱਤੀ ਤਾਂ ਫਿਰ ਮੈਂ ਪਾਗਲ ਜਿਹਾ ਬਣ ਕੇ ਊਲ ਜਲੂਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਸਭ ਨੂੰ ਲੱਗੇ ਕਿ ਮੈਂ ਤਾਂ ਇੱਕ ਪਾਗਲ ਹਾਂ ਤੇ ਸਾਡੇ ਦੋਵਾਂ ਦੇ ਵਿੱਚ ਇਦਾਂ ਦੀ ਕੋਈ ਗੱਲਬਾਤ ਨਹੀਂ ਸੀ। ਸਹੀ ਸਮੇਂ ਤੇ ਮੇਰਾ ਦਿਮਾਗ ਕੰਮ ਕਰ ਗਿਆ ਕਿ ਜਿਸ ਨੂੰ ਮੈਂ ਪਿਆਰ ਕਰਦਾ ਹਾਂ ਉਸਦੀ ਇੱਜ਼ਤ ਮੈਂ ਸਾਰਿਆਂ ਦੇ ਸਾਹਮਣੇ ਕਿਵੇਂ ਰੋਲ ਸਕਦਾ ਹਾਂ। ਸੋ ਇਹੀ ਕਾਰਨ ਸੀ ਕਿ ਕੱਲ ਮੈਂ ਪਾਗਲ ਬਣ ਕੇ ਉੱਥੋਂ ਨਿਕਲ ਆਇਆ। ਉਸ ਮੁੰਡੇ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਉਹ ਪੁਲਿਸ ਵਾਲਾ ਬਹੁਤ ਹੈਰਾਨ ਰਹਿ ਗਿਆ ਤੇ ਪਿਆਰ ਦੇ ਅਸਲੀ ਮਤਲਬ ਬਾਰੇ ਸੋਚਣ ਲੱਗ ਪਿਆ।